ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 30 ਤਰੀਕ ਤੋਂ ਪਹਿਲਾਂ ਕਰ ਲਵੋ ਇਹ ਕੰਮ ਨਹੀਂ ਤਾਂ ਲੱਗੇਗਾ ਵੱਡਾ ਝਟਕਾ ਪਵੇਗਾ ਪਛਤਾਉਣਾ ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਉਵੇਖ ਸੁਰੱਖਿਅਤ ਕਰਨ ਦੇ ਲਈ ਐਫ ਡੀ ਯਾਨੀ ਕਿ ਫਿਕਸਡ ਡਿਪੋਜ਼ਿਟ ਇੱਕ ਬਹੁਤ ਵਧੀਆ ਵਿਕਲਪ ਮੰਨਿਆ ਜਾਂਦਾ ਜਿਸ ਵਿੱਚ ਤੁਸੀਂ ਇੱਕ ਨਿਸ਼ਚਿਤ ਰਾਸ਼ੀ ਜਮ੍ਹਾਂ ਕਰਦੇ ਹੋ ਤਾਂ ਆਮ ਖਾਤੇ ਦੀ ਤੁਲਨਾ ਤੋਂ ਤੁਹਾਨੂੰ ਜ਼ਿਆਦਾ ਵਿਆਜ ਤੇ ਫਾਇਦਾ ਮਿਲਦਾ ਹੈ ਕੇਂਦਰੀ ਬੋਰਡ ਨੇ ਹਾਲੀ ਦੇ ਵਿੱਚ ਐਫ ਡੀ ਕਰਵਾਉਣ ਵਾਲੇ ਲੋਕਾਂ ਨੂੰ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਵਿੱਚ ਦੱਸਿਆ ਗਿਆ ਕਿ ਐਫ ਡੀ ਚੋਂ ਪੈਸਾ ਲਾਉਣ ਵਾਲੇ ਲੋਕਾਂ ਨੂੰ 30 ਜੂਨ ਤੱਕ 15ਜੀ ਤੇ 15ਐਚ ਫਾਰਮ ਜਮ੍ਹਾਂ ਕਰਨੇ ਹੋਣਗੇ ਜੇ ਕੋਈ ਸਮੇਤ ਇਹ ਜਿਹਾ ਨਹੀਂ ਕਰਦਾ ਤਾਂ ਉਸਦੇ ਬੈਂਕ ਖਾਤੇ ਵਿੱਚੋਂ ਪੈਸੇ ਕੱਟਨੇ ਸ਼ੁਰੂ ਹੋ ਜਾਣਗੇ 15 ਜੀ ਤੇ 15 ਐਚ ਫਾਰਮ ਤੋਂ ਟੀ ਡੀ ਐਸ ਬਚਾਉਣ 'ਚ ਮਦਦ ਮਿਲਦੀ ਆ ਜ਼ਿਆਦਾ ਵਿਆਜ ਤੇ ਰਿਟਰਨ ਲਈ ਲੋਕੀ ਐਫ ਡੀ ਤੇ ਨਿਵੇਸ਼ ਕਰਨਾ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ ਪਰ ਐਫ ਡੀ ਤੇ ਮਿਲਣ ਵਾਲੇ ਰਿਟਰਨ ਤੇ ਤੁਹਾਨੂੰ ਟੈਕਸ ਵੀ ਚੁਕਾਉਣਾ ਹੁੰਦਾ ਹੈ ਆਰ ਬੀ ਆਈ ਨੇ ਟੈਕਸ ਦੀ ਇੱਕ ਲਿਮਟ ਤੈਅ ਕੀਤੀ ਆ ਜਿਸ ਨੂੰ ਕ੍ਰੋਸ ਕਰਨ ਤੇ ਤੁਹਾਨੂੰ ਟੀ ਡੀ ਐਸ ਦੇਣਾ ਪੈਂਦਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੇ ਮੁਤਾਬਕ ਟੀ ਡੀ ਐਸ ਦੀ ਥ੍ਰੈਸ਼ਹੋਲਡ ਲਿਮਟ 40000 ਰੁਪਇਆ ਪਹਿਲਾਂ ਇਹ ਲਿਮਿਟ 10000 ਰੁਪਏ ਸੀ ਜਿਸ ਨੂੰ ਇਸ ਵਿੱਤੀ ਸਾਲ ਦੇ ਵਿੱਚ ਬਜਟ ਵਿੱਚ ਵਧਾ ਕੇ 40000 ਕਰ ਦਿੱਤਾ ਹੈ ਇਹ ਲਿਮਿਟ ਪੋਸਟ ਆਫਿਸ ਤੇ ਬੈਂਕ ਡਿਪੋਜ਼ਿਟ ਦੇ ਲਈ ਇਨਕਮ ਤੇ ਟੀ ਡੀ ਐਸ ਕਟੌਤੀ ਤੋਂ ਬਚਣ ਲਈ ਫਾਰਮ 15 ਜੀ ਭਰਦੇ ਹਨ ਜਿਸ ਦੀਆਂ 5 ਸ਼ਰਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਆਧਾਰ ਤੇ ਇਹ ਫਾਰਮ ਭਰਿਆ ਜਾਂਦਾ ਫਾਰਮ ਭਰਦੇ ਸਮੇ ਸਾਰੀਆਂ ਜਾਣਕਾਰੀਆਂ ਸਾਵਧਾਨੀ ਨਾਲ ਭਰੋ ਫਾਰਮ ਭਰਨ ਤੋਂ ਬਾਅਦ ਹੁਣ ਟੈਕਸ ਡੈਕਲੇਰੇਸ਼ਨ ਦੇ ਵਿੱਚ ਆਪਣੇ ਪੈਨ ਕਾਰਡ ਦਾ ਇੱਕ ਕਾਪੀ ਅਟੈਚ ਕਰੋ ਹੁਣ ਆਪਣੀ फाइनेंशियर ਦੇ ਕੋਲੇ ਇਸ ਫਾਰਮ ਨੂੰ ਸਬਮਿਟ ਕਰੋ ਇਹ ਦੋਵੇਂ ਫਾਰਮ ਸਿਰਫ 1 ਸਾਲ ਲਈ ਵੈਧ ਹੁੰਦੇ ਹਨ ਹਰ ਸਾਲ ਦੀ ਸ਼ੁਰੂਆਤ ਤੇ ਇਹ ਫਾਰਮ ਤੁਹਾਨੂੰ ਤੁਹਾਡੇ ਫਾਈਨੈਂਸ਼ੀਅਰ ਦੇ ਕੋਲੇ ਜਮ੍ਹਾਂ ਕਰਵਾਉਣਾ ਪੈਂਦਾ ਸੋ ਦੋਸਤੋ ਤਾਂ ਜੋ ਤੁਹਾਨੂੰ ਜਿਹੜਾ ਵਿਆਜ ਵਿਆਜ ਤੇ ਜਿਹੜਾ ਟੈਕਸ ਆ ਉਹ ਨਾ ਕੱਟਿਆ ਜਾਵੇ ਸੋ ਧਿਆਨ ਦੇ ਨਾਲ ਤੁਸੀਂ ਨੋਟ ਕਰ ਲਓ 30 ਜੂਨ ਸਰਕਾਰ ਦੇ ਵੱਲੋਂ ਦਿੱਤੀ ਗਈ ਆ ਆਪਣੀਆਂ ਐਫ ਡੀਆਂ ਨੂੰ ਨਿਗਾਹ ਮਾਰ ਲਓ ਇਹ ਨਾ ਹੋਵੇ ਤੁਹਾਡਾ ਵਿਆਜ ਆ ਜਿਹੜਾ ਸਰਕਾਰ ਕੱਟ ਲੇ